ਵਿਸ਼ਵਦੀਪ ਬਾਲੀ ਜੀ ਨਾਲ ਗੱਲ ਕਰਕੇ ਤੇ ਆਬਵੀਅਸਲੀ ਤੁਹਾਨੂੰ ਸਾਰਿਆਂ ਨੂੰ ਵੀ ਮਜ਼ਾ ਆਇਆ ਹੋਏਗਾ। ਤੇ ਇੱਥੇ ਹੁਣ ਦੂਸਰੀ ਜਿਹੜੀ ਲੇਡੀ ਜੱਜ ਹੈਗੇ ਨੇ ਉਹ ਹੈਗੀ ਆ ਜੀ ਮਲਿਕਾਏ ਸਵਾਦ ਦੀ ਮਲਿਕਾ ਕੰਚਨ ਜੈਨ। ਵੈਲਕਮ ਟੂ ਦੇਸੀ ਚੈਨਲ ਮੈਮ। ਥੈਂਕ ਯੂ ਬੇਟੇ, ਥੈਂਕ ਯੂ ਸੋ ਮਚ। ਮੈਮ ਤੁਸੀਂ ਕਾਫੀ ਸਾਰੇ ਗੋਲਡ ਮੈਡਲ ਜਿੱਤੇ ਨੇ ਐਂਡ ਤੁਸੀਂ ਖਾਣਾ ਖਜ਼ਾਨਾ 'ਚ ਵੀ ਸ਼ੋਅ ਰਿਪ੍ਰਜੈਂਟ ਕੀਤਾ ਹੋਇਆ ਐਂਡ ਜਸਟ ਸ਼ੇਅਰ ਯੋਰ ਐਕਸਪੀਰੀਅੰਸ ਵਿਦ ਖਾਣਾ ਖਜ਼ਾਨਾ ਐਂਡ ਯੋਰ ਅਚੀਵਮੈਂਟਸ ਕੀ ਲੋਕਾਂ ਨੂੰ ਵੀ ਜਿਹੜੇ ਕੁਕਰੀ ਸ਼ੋਅ ਦਾ ਇੰਟਰਸਟ ਰੱਖਦੇ ਨੇ, ਕੁਕਿੰਗ 'ਚ ਇੰਟਰਸਟ ਲੱਗਦੇ ਨੇ ਕਿਉਂਕਿ ਲੇਡੀਜ਼ ਜਿਹੜੀਆਂ ਬਹੁਤ ਉਹ ਹੋਮ ਮੇਕਰਸ ਹੁੰਦੀਆਂ ਹਨਾ ਐਂਡ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਉਹ ਵੀ ਘਰੋਂ ਬਾਹਰ ਨਿਕਲਣ ਅਤੇ ਇਹ ਕੁਕਿੰਗ ਸ਼ੋਅ ਨੂੰ ਪ੍ਰਮੋਟ ਕਰਨ? ਮੈਂ ਇਹ ਕਹਿਣਾ ਚਾਹਾਂਗੀ ਕਿ ਮੈਂ ਜਿਸ ਵੇਲੇ ਕੁਕਰੀ ਸ਼ੋਅ ਜਦੋਂ ਮੈਂ ਪਾਰਟੀਸਪੇਟ ਕਰਦੀ ਸੀ ਉਸ ਤੋਂ ਹੁਣ ਕਾਫੀ ਉੱਚੇ ਮੈਨੂੰ ਐਕਸਪੀਰੀਅੰਸ ਹੋਏ ਨੇ। ਮੈਂ ਮੁੰਬਈ ਜ਼ੀ ਖਾਨਾ ਖਜ਼ਾਨਾ ਤੱਕ ਹੋ ਕੇ ਆਈ, ਸ਼ੈੱਫ ਗੌਤਮ ਮਹਰਸ਼ੀ ਨੇ ਦੇ ਨਾਲ ਮੇਰਾ ਸ਼ੋਅ ਆਇਆ ਟੀ ਵੀ 'ਤੇ। ਉਸ ਵੇਲੇ ਮੈਂ ਖਜੂਰੀ ਫਿਰਨੀ ਬਣਾਈ ਸੀ ਜਿਹੜੀ ਕਿ ਪੂਰੇ ਵਰਲਡ ਦੇ ਵਿੱਚ ਗਈ ਔਰ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤੀ। ਹੁਣ ਘਰ ਦੇ ਵਿੱਚ ਤਾਂ ਜਿਹੜਾ ਅਸੀਂ ਖਾਣਾ ਬਣਾਉਂਦੇ ਹਾਂ ਉਹ ਤਾਂ ਦੇਖੋ ਘਰ ਵਾਲਿਆਂ ਲਈ ਹੁੰਦਾ, ਉਸ ਤੋਂ ਬਾਹਰ ਨਿਕਲ ਕੇ ਜਦੋਂ ਅਸੀਂ ਇਸ ਤਰ੍ਹਾਂ ਦੇ ਪਲੇਟਫਾਰਮ 'ਤੇ ਆ ਕੇ ਖਾਣਾ ਬਣਾਵਾਂਗੇ ਤੁਹਾਨੂੰ ਜਦੋਂ ਜੱਜਿਸ ਦੇ ਕੋਲੋਂ ਐਪਰੀਸੀਏਸ਼ਨ ਮਿਲਦੀ ਹੈ ਉਹਦਾ ਕੁਛ ਅਜੀਬ ਹੀ। ਫਿਰ ਉਸ ਖਾਣੇ ਦੇ ਵਿੱਚ ਜਦੋਂ ਤੁਸੀਂ ਪਿਆਰ ਨਾਮ ਦੀ ਇੱਕ ਚੀਜ਼ ਪਾ ਦੋਗੇ ਨਾ, ਪਿਆਰ ਨਾਲ ਜਿਹੜਾ ਬਣਾਇਆ ਹੋਇਆ ਖਾਣਾ ਉਹਦੇ 'ਚ ਅਜੀਬ ਤਰ੍ਹਾਂ ਦਾ ਸਵਾਦ ਆਉਂਦਾ, ਉਹਨੂੰ ਤੁਸੀਂ ਡਿਵਾਈਨ ਕਹਿ ਸਕਦੇ ਹੋ ਕਿ ਹਾਂ ਦਿਸ ਇਜ਼ ਡਿਵਾਈਨ। ਮੈਮ ਆਪਣੇ ਜਿਹੜੇ ਤੁਸੀਂ ਗੋਲਡ ਮੈਡਲ ਜਿੱਤੇ ਨੇ ਉਹ ਵੀ ਸ਼ੇਅਰ ਕਰੋ, ਕਿੱਦਾਂ ਮਿਲੇ ਨੇ? ਬਸ ਕੋਈ ਮੈਨੂੰ ਇੰਟਰਨੈਸ਼ਨਲ ਵਿਮੈਨਸ ਡੇ 'ਤੇ ਮਿਲਿਆ। ਮੈਨੂੰ ਸਿੰਗਿੰਗ ਦਾ ਅਤੇ ਕੁਕਿੰਗ ਦਾ ਬਹੁਤ ਸ਼ੌਂਕ ਹੈ, ਕੁਛ ਮੈਨੂੰ ਸਿੰਗਿੰਗ ਦੇ ਵਿੱਚ ਮਿਲੇ, ਕੁਛ ਮੈਨੂੰ ਕੁਕਿੰਗ ਦੇ ਵਿੱਚ ਮਿਲੇ। ਕੁਕਿੰਗ ਦੇ ਵਿੱਚ ਵੀ ਔਰ ਸਿੰਗਿੰਗ ਦੇ ਵਿੱਚ ਵੀ ਮੇਰੇ ਲੈਵਲ ਬਰਾਬਰ ਹੀ ਚੱਲ ਰਹੇ ਨੇ। ਮੈਨੂੰ ਰਫੀ ਦਾ ਅਵਾਰਡ ਸਿੰਗਿੰਗ ਦੇ ਵਿੱਚ ਮਿਲਿਆ, ਕਿਸ਼ੋਰ ਦਾ ਅਵਾਰਡ ਮਿਲਿਆ ਸਿੰਗਿੰਗ ਦੇ ਵਿੱਚ, ਜਦਕਿ ਮੇਰੀ ਏਜ ਹੈ 62+। ਲੇਕਿਨ ਫਿਰ ਵੀ ਸ਼ੌਕ ਔਰ ਵਿਲ ਪਾਵਰ, ਹੈਲਥ ਮੇਰੀ ਇੰਨੀ ਅਲਾਅ ਨਹੀਂ ਕਰਦੀ ਲੇਕਿਨ ਫਿਰ ਵੀ ਮੈਂ ਵਿਲ ਪਾਵਰ ਦੇ ਨਾਲ ਅੱਗੇ ਦੀ ਅੱਗੇ ਚੱਲੀ ਜਾ ਰਹੀ ਹਾਂ। ਤੁਸੀਂ ਦੱਸਿਆ ਕਿ ਤੁਹਾਨੂੰ ਸਿੰਗਿੰਗ 'ਚ ਅਵਾਰਡਸ ਮਿਲੇ ਨੇ ਤਾਂ ਫਿਰ ਦੋ ਲਾਈਨਾਂ 'ਤੇ ਗਾਣੀਆਂ ਪੈਣੀਆਂ। ਏ ਦਿਲ ਮੁਝੇ ਬਤਾ ਦੇ ਤੂੰ ਕਿਸ ਪੇ ਆ ਗਿਆ ਹੈ, ਵੋ ਕੌਣ ਹੈ ਜੋ ਆ ਕਰ ਖਾਬੋਂ ਪਿਛਾ ਗਿਆ ਹੈ, ਏ ਦਿਲ ਮੁਝੇ ਬਤਾ ਦੇ। ਆਵਾਜ਼ ਮੈਮ, ਫਸਟ ਆਫ ਆਲ ਤਾਂ ਸਲਿਊਟ ਟੂ ਯੂ ਕਿ ਇੰਨੀ ਏਜ ਦੇ ਅਕੋਰਡਿੰਗਲੀ ਵੀ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਐਂਡ ਤੁਸੀਂ ਇੰਨੇ ਵੱਡੇ ਕੰਪੀਟੀਸ਼ਨ 'ਤੇ ਆਏ ਹੋ ਹੈ ਨਾ ਕੁਕਰੀ ਸ਼ੋਅ ਦੇ, ਐਂਡ ਤੁਸੀਂ ਅੱਜ ਜੱਜਿੰਗ ਵੇਲੇ ਕਿਹੜੇ ਕਿਹੜੇ ਕਹਿੰਦੇ ਨਾ ਨੁਕਸ ਕੱਢ ਕੇ ਅਤੇ ਸਟ੍ਰਿਕਟ ਡਿਸੀਜਨ ਲੈਣਾ ਹੈ? ਬਸ ਦੇਖੋ ਚੀਜ਼ਾਂ ਹੁੰਦੀਆਂ 4 ਜਾਂ 5 ਜਿਨ੍ਹਾਂ ਨੂੰ ਮੇਨ ਦੇਖਿਆ ਜਾਂਦਾ, ਉਸ ਚੀਜ਼ ਦਾ ਪਹਿਲੇ ਤਾਂ ਟੇਸਟ ਪਰਫੈਕਸ਼ਨ ਹੋਣੀ ਜ਼ਰੂਰੀ ਹੈ। ਨਮਕ ਮਿੱਠੀ ਚੀਜ਼ ਹੈ ਅਤੇ ਮਿਠਾਸ ਔਰ ਟੈਕਸਚਰ ਉਸ ਚੀਜ਼ ਦਾ, ਅਗਰ ਸੇਵਰੀ ਹੈ ਤਾਂ ਨਮਕ ਮਿਰਚ ਮਸਾਲਾ, ਈਚ ਐਂਡ ਐਵਰੀਥਿੰਗ ਸ਼ੁੱਡ ਬੀ ਪਰਫੈਕਟ। ਔਰ ਪਲੇਟਿੰਗ ਸਭ ਤੋਂ ਜਿਹੜੀ ਪਹਿਲੇ ਖਾਣ ਤੋਂ ਪਹਿਲੇ ਅਸੀਂ ਦੇਖਾਂਗੇ ਚੀਜ਼ ਨੂੰ, ਉਹ ਪਲੇਟਿੰਗ ਚੀਜ਼ ਹੈ ਜਿਹੜੀ ਸਾਨੂੰ ਕਿ ਅਟਰੈਕਟ ਕਰੇਗੀ। ਅਗਰ ਪਲੇਟਿੰਗ ਬਹੁਤ ਸੁੰਦਰ ਹੈ ਤਾਂ ਆਪਣੇ ਆਪ ਹੀ ਤੁਹਾਡਾ ਦਿਲ ਕਰੇਗਾ ਕਿ ਹਾਂ ਇਸ ਚੀਜ਼ ਨੂੰ ਅਸੀਂ ਖਾਈਏ। ਘਰ ਵੀ ਘਰ ਬਾਹਰ ਤਾਂ ਹੈ ਹੀ ਹੈ, ਘਰ ਵੀ ਤੁਸੀਂ ਅਗਰ ਉਹਨੂੰ ਖੂਬਸੂਰਤੀ ਦੇ ਢੰਗ ਨਾਲ ਪੇਸ਼ ਕਰੋਗੇ ਤਾਂ ਘਰ ਵਾਲੇ ਹੋਰ ਜ਼ਿਆਦਾ ਖੁਸ਼ ਹੋ ਜਾਂਦੇ ਆ। 4-5 ਚੀਜ਼ਾਂ ਹੈਗੀਆਂ, ਪਲੇਟਿੰਗ ਹੈ, ਟੈਕਸਚਰ ਹੈ, ਉਹਦਾ ਸਵਾਦ ਹੈ, ਸਾਰੀਆਂ ਚੀਜ਼ਾਂ ਦੇ ਕੰਬੀਨੇਸ਼ਨ ਦੇ ਨਾਲ ਹੀ ਅੱਜ ਦੀ ਜੱਜਮੈਂਟ ਹੋਏਗੀ। ਇਹ ਸੀਗੀ ਸਾਡੇ ਨਾਲ ਕੰਚਨ ਮੈਮ ਜੀ। ਅਸੀਂ ਔਰ ਮੈਂ ਪਿਛਲੇ 30-35 ਸਾਲਾਂ ਤੋਂ ਬੇਸਨ ਦੀ ਬਰਫੀ ਘਰੋਂ ਬਣਾ ਕੇ ਸੇਲ ਕਰ ਰਹੀ ਹਾਂ। ਫੋਨ 'ਤੇ ਔਡਰ ਆਉਂਦਾ ਔਰ ਲੋਕ ਘਰੋਂ ਹੀ ਲੈ ਕੇ ਜਾਂਦੇ ਨੇ, ਜਿਹੜੀ ਕਿ ਸਾਰੇ ਵੱਡੇ ਵੱਡੇ ਸ਼ੈਫਸ ਨੇ ਟੇਸਟ ਕੀਤੀ ਹੋਈ ਹੈ। ਸ਼ੈਫ ਰਾਕੇਸ਼ ਸੇਠੀ ਮੇਰੇ ਘਰ ਆਏ ਸੀ, ਜਿਨ੍ਹਾਂ ਨੇ ਇਹ ਬਰਫੀ ਦੇ ਟੇਸਟ ਲਈ ਉਹਨਾਂ ਨੇ ਵਿਜ਼ਿਟ ਕੀਤੀ ਸੀ ਸਪੈਸ਼ਲੀ। ਇਹ ਵੀ ਦੋਨੋਂ ਸ਼ੈਫਸ ਮੇਰੇ ਘਰ ਆਏ ਬਰਫੀ ਦਾ ਹੀ ਟੇਸਟ ਕਰਨ। ਮੈਂ DD ਚੰਡੀਗੜ੍ਹ ਦੂਰਦਰਸ਼ਨ 'ਤੇ ਮੇਰਾ ਸ਼ੋਅ ਆਇਆ ਸੀ, ਜਿਹੜੀ ਬੇਸਨ ਦੀ ਬਰਫੀ ਦਾ ਹੀ ਸ਼ੋਅ ਸੀ। ਬੰਬੇ ਦੂਰਦਰਸ਼ਨ ਜਿਹੜਾ ਸੰਸਕਾਰ ਚੈਨਲ ਹੈ, ਮੈਂ ਉੱਥੇ ਵੀ ਹੋ ਕੇ ਆਈ ਹਾਂ। DD ਪੰਜਾਬੀ, DD ਚੰਡੀਗੜ੍ਹ, ਮੈਂ ਸਾਰੇ ਚੈਨਲਸ 'ਤੇ ਮਤਲਬ ਆਪਣਾ ਪਾਰਟੀਸਪੇਟ ਕਰ ਚੁੱਕੀ ਹਾਂ। ਦੇਖਦੇ ਹਾਂ ਕਿ ਕੰਚਨ ਮੈਮ ਸਾਨੂੰ ਕਦੋਂ ਬੇਸਨ ਦੀ ਬਰਫੀ ਖਵਾਉਂਦੇ ਨੇ ਜਿਹੜੀ ਉਹਨਾਂ ਦੀ ਹੈਗੀ ਸਪੈਸ਼ਲ। ਤਾਂ ਜਲਦੀ ਗੱਲ ਕਰਾਉਂਦੇ ਹਾਂ ਤੁਹਾਡੀ ਤੀਸਰੇ ਸ਼ੈਫ ਨਾਲ ਵੀ, ਤਾਂ ਤੁਸੀਂ ਦੇਖਦੇ ਰਹੋ ਦੇਸੀ ਚੈਨਲ।